बाबा कायदे आजम मोहम्मद अली आहो जना, हाँ मैं वेख्या तुसी वेखे ने कायदे आजम? मैं वेख्या वो मेरे सामने सवारियां लिया ही लोगों को बाबा के चलो भाई चलो मुसलमान नत्था सिंह के भरा का ना वो भैन का ना उन्हों की एक धी सी अच्छा जीतो सी आर चुगे पार चुगे का चुगे तू मेरा तो सतगुरु का ना लैके सिर ला ला मैं तेरा तलवार मार के सिर ला ले ओदा बकरे दा सिर ला हट दे। अस्सलाम वालेकुम नाजरीन, डब्ल्यू आई पाकिस्तान दे नाल वकार यूनस तुहाडी खिदमत च हाजिर है। अज तहसील डस्का जिला सियालकोट दे एक बड़े खूबसूरत कस्बे दे विच टाउन कमेटी जाम के चीमा दे विच मैं बैठा वहाँ और उत्थे एक माँ जी साडे नाल मौजूद ने। जिस तरह पहले तुहाडे लई अम्मा जी फातमा दी जिहड़ी वीडियो वे तुहाडे सामने लैके आए, जिन्हां दी उम्र तकरीबन 100 साल सी, और फिर उस तो बाद 110 साल दे बाबा जी बाबा मुश्ताक साहब दी वीडियो लैके आए। अज उस तरह एक माँ जी साढ़े नाल मौजूद ने, उन्हां नाल गल करने, उन्हां दी उम्र पूछने, उन्हां दा नाम पूछने आ, और सन 47 ने जिहड़े नखेड़े पाए ने उस तो पहले दा जिहड़ा वक्त सी वह पूछने आ। अस्सलाम वालेकुम। वालेकुम सलाम। माँ जी की हाल जी? चंगा ठीक है। माँ जी की नाम तुहाडा? सकीना बीबी। सकीना बीबी, उम्र किन्नी हो गई है? 100 साल तो भी वध गई होनी। माँ जी जदों सन 47 तो पहले जदों पार्टीशन हुई है, मतलब पाकिस्तान ते इंडिया दी अलैदगी हुई है, ते उस उदो तुहाडी किन्नी उम्र सी? उदो है सी 12 साल। 12 साल है सी? 12 साल उदो सही होश है तुहानू? गल्लां याद ने? 12 साल चीजां रह आउंदी सी उहनां दे घरां में। अच्छा अच्छा अच्छा, कोई गल्लां सुनाओ हां सानू उस वक्त दियां, ते नाले ये भी दसो जेहड़े तुहाडे इत्थे नाल जाम के चीमा दे विच सिख हिंदू ਇਕੱਠੇ ਰਹਿੰਦੇ ਹੁੰਦੇ ਸਨ, ਉਹਨਾਂ ਦੇ ਮੁਤਲਕ? ਇੱਥੇ ਨੱਥਾ ਸਿੰਘ ਸੀ ਨਾ, ਨੱਥਾ ਸਿੰਘ, ਅਤੇ ਉਹਦੇ ਭਰਾ ਦੇ ਨਾਂ ਸੀ, ਉਹਦੇ ਭਰਾ ਦਾ ਨਾਂ ਸੀ, ਹੋਰ ਕੀ ਪਤਾ ਨਹੀਂ ਕੀ ਭੁੱਲ ਗਿਆ, ਉਹਦਾ ਭਰਾ ਦਾ ਨਾਂ ਨੱਥਾ ਸਿੰਘ ਦੇ ਭਰਾ ਦਾ ਨਾਂ, ਉਹਦੀ ਭੈਣ ਦਾ ਨਾਂ, ਉਹਨਾਂ ਦੀ ਇੱਕ ਧੀ ਸੀ ਉਹਦੇ ਨਾਲ ਜੀਤੋ ਸੀ। ਨੱਥਾ ਸਿੰਘ ਦੀ ਇੱਕ ਧੀ ਸੀ ਜਿਹਦਾ ਨਾਂ ਜੀਤੋ ਸੀ? ਆਹੋ ਦੀ ਇੱਕ ਧੀ ਸੀ ਨੱਥਾ ਸਿੰਘ ਦੀ। ਠੀਕ ਹੈ। ਹਾਂ, ਅਤੇ ਉਹਦਾ ਨਾਂ ਜੀਤੋ ਸੀ। ਉਹ ਤੁਹਾਡੀ ਸਹੇਲੀ ਸੀ? ਉਹ ਮੇਰੀ ਸਾਡੀ ਸਹੇਲੀ, ਉਹਨੂੰ ਫੁੱਫੀ ਕਹਿੰਦੇ ਸਾਂ। ਅੱਛਾ, ਉਹਨੂੰ ਫੁੱਫੀ ਕਹਿੰਦੇ ਸੋ? ਹਾਂ, ਉਹਨੂੰ ਫੁੱਫੀ ਕਹਿੰਦੇ। ਠੀਕ ਹੈ। ਅਤੇ ਉਸ ਟਾਈਮ ਜਿਹੜਾ ਉਸਦੇ ਨਾਲ ਕੋਠੀ ਵਾਲਾ ਮਹਿੰਗੇ ਸ਼ਾਹ ਸੀ, ਸੁਨਿਆਰਾ ਕੋਠੀ ਹੈ, ਜ਼ਹੂਰ ਸ਼ਾਹ, ਜ਼ਹੂਰ ਦੀ ਹੈ, ਬਹੁ ਜ਼ਹੂਰ ਦੀ ਜਿਹੜੀ ਕੋਠੀ। ਉਹ ਸੁਨਿਆਰਾ। ਅੱਛਾ, ਉੱਥੇ ਉਸ ਵਕਤ ਸੁਨਿਆਰਾ ਕੋਲ ਰਹਿੰਦਾ ਸੀ? ਉਹ ਹੈ ਹੀ ਸੁਨਿਆਰੇ ਸਾਹਿਬ। ਅੱਛਾ, ਨਹੀਂ ਇਹ ਜਿਹੜੇ ਨੱਥੋ ਸਿੰਘ ਹੈ, ਇਹਨਾਂ ਦਾ ਘਰ ਕਿੱਥੇ? ਇਹਨਾਂ ਦਾ ਸਿੰਘ ਉਹ ਭਾਈ ਘਰ ਉਹਨਾਂ ਦੇ ਨਾਲ ਹੀ ਪਰਾਂ ਇਹਦਾ ਸੀ, ਇਹ ਜਿਹੜਾ ਸੁਨਿਆਰਾ ਸੀ। ਅੱਛਾ ਅੱਛਾ ਅੱਛਾ, ਉਹਦੇ ਨਾਲ ਹੀ ਪਰਾਂ। ਠੀਕ ਹੈ, ਨਾਲ ਹੀ ਜੁੜੇ ਨੇ ਅੱਜ ਘਰ, ਨਾਲ ਹੀ ਜੁੜੇ ਨੇ। ਅੱਛਾ, ਉਸ ਵਕਤ ਦਾ ਜਿਹੜਾ ਪਿੰਡ ਦਾ ਸਰਪੰਚ ਸੀ, ਸਿੱਖ ਜਦੋਂ ਇਕੱਠੇ ਰਹਿੰਦੇ ਸਨ ਹਿੰਦੂ ਮੁਸਲਮਾਨ, ਉਦੋਂ ਸਰਪੰਚ ਜਿਹੜਾ ਪਿੰਡ ਦਾ ਹੁੰਦਾ ਸੀ, ਕੋ ਮਿੰਬਰ ਚੌਧਰੀ, ਉਹਦਾ ਕੋਈ ਨਾਂ ਦਾ ਪਤਾ ਜੇ? ਉਹਦਾ ਨਾਂ ਦਾ ਇਹ ਪਤਾ ਹੈ ਕਿ ਉਹ ਨਾ ਲੜਦੇ ਹਨ ਨਾ ਸਾ ਇੱਥੇ ਪੈ ਉਹਦੇ ਜਗ੍ਹਾ ਦਾ ਜਿੱਥੇ ਉਹਦੀਆਂ ਪੈਲੀਆਂ ਸਨ, ਅਤੇ ਉਹਨੇ ਮੋਟਰ ਲਾਈ ਸੀ, ਅਤੇ ਉਹ ਆਪਣਾ ਇੱਥੇ ਲੜਦੇ ਸਨ, ਕਹਿੰਦੇ ਹਨ ਮੇਰਾ ਹੈ, ਉਹ ਕਹਿੰਦਾ ਹੈ ਮੇਰਾ ਹੈ। ਫਿਰ ਮੈਂ ਆਖਿਆ ਆਪਣੇ ਭਤਰੀਏ ਨੂੰ, ਤੇਰੇ ਅੰਗਰਾ, ਮੈਂ ਕਿਹਾ ਜਾਗਰ ਉਹਦਾ ਨਾਂ ਹੈ, ਅਤੇ ਉਹਦੀ ਭੈਣ ਦੇ ਨਾਂ ਜਮਣਾ ਹੈ। ਅੱਛਾ, ਹੈ ਅਤੇ ਤੂੰ ਜਾ ਕੇ ਕਮੇਟੀ ਘਰ ਜਾ, ਤੂੰ ਕਿਤਾਬਾਂ ਕਢਾ। ਹੈਂ, ਉਹ ਕਿਤਾਬਾਂ ਢੇਰ ਲੱਗ ਗਿਆ ਕਿਤਾਬਾਂ ਦੇ, ਉਹਨਾਂ ਫਿਰ ਕਿਤਾਬਾਂ ਕੱਢੀਆਂ, ਉਹਦਾ ਨਾਂ ਨਿਕਲ ਆਇਆ, ਨਾਲ ਉਹ ਭੈਣ ਦਾ ਵੀ ਨਾਂ ਨਿਕਲ ਆਇਆ। ਅੱਛਾ ਅੱਛਾ, ਯਾਨੀ ਤੁਸੀਂ, ਤੁਹਾਨੂੰ ਪਤਾ ਸੀ ਅਤੇ ਤੁਸੀਂ ਉਹਨਾਂ ਨੂੰ ਕਿਹਾ ਕਮੇਟੀ ਕਰ? ਮੈਨੂੰ ਪਤਾ ਸੀ, ਹਾਲੇ ਬੜਿਆਂ ਲੋਕਾਂ ਦਾ ਪਤਾ ਹੈ ਨਾਂ, ਐਵੇਂ ਤਾਂ ਨਹੀਂ ਨਾ ਭੁੱਲ ਜਾਂਦੇ। ਅੱਛਾ, ਕੋਈ ਬੰਦਿਆਂ ਦੇ ਮਸ਼ਹੂਰ ਪਤਾ ਜੇ ਨਾਂ, ਸਰਦਾਰ ਜਿਹੜੇ ਸਿੱਖ ਇੱਥੇ ਰਹਿੰਦੇ ਸਨ, ਉਹਨਾਂ 'ਚੋਂ ਕਿਸੇ ਦਾ ਨਾਵਾਂ ਦਾ ਪਤਾ ਹੋਏ? ਉਹ ਜਿਹੜਾ ਸੁੱਧਾ ਸਿੰਘ ਸੀ ਨਾ, ਉਹ ਸਾਰਿਆਂ ਤੋਂ ਸੌਖਾ ਬੰਦਾ ਸੀ। ਸੁੱਧਾ ਸਿੰਘ? ਸੁੱਧਾ ਸਿੰਘ ਸਾਰਿਆਂ ਤੋਂ ਸੌਖਾ ਬੰਦਾ ਸੀ। ਅਤੇ ਉਹਦੀ ਜਨਾਨੀ ਦਾ ਨਾਂ, ਉਹਨਾਂ ਦੇ ਨਾਂ ਵੀ ਔਖੇ ਹੀ ਸਨ। ਅੱਛਾ, ਨਾਂ ਔਖੇ ਸਨ, ਸਹੀ। ਅੱਛਾ, ਅਤੇ ਹੋਰ ਇਸ ਗਲੀ 'ਚ ਸਨ ਸਿੱਖ ਸਨ, ਅਤੇ ਉਹ ਕੰਘੀਆਂ ਬਣਾਉਂਦੇ ਹੁੰਦੇ ਸਨ।
ਅੱਛਾ ਉਹਨਾਂ ਦੇ ਚੌਂਕੇ ਚਸ਼ਮਾ ਪਾੜ ਕੇ ਅਤੇ ਭੇਟਿਆ ਅਤੇ ਆਉਂਦੀਆਂ ਸਰਦਾਰ ਜੀ ਆ ਕੁੜੀਆਂ ਵੇਖੋ ਕੀ ਕਰਦੀਆਂ ਨੇ ਇਹਨਾਂ ਚੌਂਕਾ ਭੇਟ ਛੜਿਆ ਆਉਂਦਾ ਮੈਂ ਹੁਣੇ ਲੈ ਮੈਂ ਹੱਥ 'ਤੇ ਗੋਹਾ ਧਰਿਆ ਅਤੇ ਸਾਨੂੰ ਅੱਗੋਂ ਮਿਲਿਆ ਮਰ ਜਾਏ ਹੁਣ ਫਿਰ ਫੇਰਨ ਲੱਗਿਆ ਹੈ ਹੁਣ ਫਿਰ ਫੇਰਨ ਲੱਗਿਆ ਜਿਸ ਤਰ੍ਹਾਂ ਹੀ ਰਹਿੰਦੇ ਰਹਿੰਦੇ ਚੰਗੇ ਸਨ ਮੰਦੇ ਨਹੀਂ ਸਰ ਰਹਿੰਦੇ ਅੱਛਾ ਜਿਹੜੇ ਸਰਦਾਰ ਉਦੋਂ ਸਿੱਖ ਰਹਿੰਦੇ ਸਨ ਜਿਹੜੇ ਉਹ ਚੰਗੇ ਰਹਿੰਦੇ ਸਨ ਲੋਕਾਂ ਦੀਆਂ ਧੀਆਂ ਦੀ ਇੱਜ਼ਤ ਕਰਦੇ ਸਨ ਅੱਛਾ ਹਾਂ ਸਾਨੂੰ ਆਖਣਾ ਧਿਆਣੀਆਂ ਨੇ ਧਿਆਣੀਆਂ ਨੇ ਯਾਨੀ ਮਾਵਾਂ ਭੈਣਾਂ ਦੀ ਉਹ ਇੱਜ਼ਤ ਕਰਦੇ ਸਨ ਇੱਜ਼ਤ ਕਰਦੇ ਸਨ ਉਹ ਨਹੀਂ ਸਰ ਕਿਸੇ ਨੂੰ ਵੇਹਦੇ ਵੀ ਨਹੀਂ ਸਰ ਧੀਆਂ ਲੋਕਾਂ ਦੀਆਂ ਅੱਛਾ ਗੁਰਦੁਆਰੇ ਇੱਥੇ ਜਾਮ ਕੇ ਗੁਰਦੁਆਰੇ ਜਾਂਦੇ ਸਨ ਉੱਥੇ ਬੜੇ ਸਿੱਖ ਜਾਂਦੇ ਹੁੰਦੇ ਸਨ ਬੜੇ ਹੀ ਜਾਂਦੇ ਹੁੰਦੇ ਸਨ ਅਤੇ ਉਹ ਹਲਵਾ ਲੈ ਕੇ ਇੰਨਾ ਆਟਾ ਲੈ ਕੇ ਜਾਣਾ ਅਤੇ ਨਾ ਅੱਗੋਂ ਕਈ ਕੁਝ ਪੜ੍ਹ ਪੁੜ ਕੇ ਦੱਸ ਕੇ ਅਤੇ ਫਿਰ ਛੁੱਟੀ ਦੇਣੀ ਅਤੇ ਅਸਾਂ ਮੇਰੀ ਸਹੇਲੀ ਸੀ ਨਾਲ ਮੇਰੀ ਦਾ ਮੈਂ ਵੀ ਅਸਾਂ ਵੀ ਟੁਰ ਜਾਣਾ ਅੱਛਾ ਉਹਨੂੰ ਮਾਈ ਨੂੰ ਆਖਣਾ ਮਾਈ ਫੁੱਫੀ ਸਾਡੇ ਜਗ੍ਹਾ ਵੀ ਰੱਖਿਆ ਜੇ ਅਰੇ ਚੁੱਪ ਕਰ ਸਾਰਿਆਂ ਨੂੰ ਦੇਖ ਲਿਆ ਉਹਨੇ ਆਖਣਾ ਪੇਟ ਛੜਿਆ ਨੇ ਸਾਨੂੰ ਅੱਛਾ ਉਹਨੇ ਵੀ ਇੰਨਾ ਕੁ ਤਿਆਰ ਧਰ ਛੱਡਣਾ ਖਾ ਕੇ ਅਤੇ ਲਾਵੇ ਹੈ ਉਹ ਮਾਈ ਸੀ ਇੱਕ ਤਾਂ ਉੱਥੇ ਮੇਰਾ ਪਿਓ ਉਹਨਾਂ ਦੀ ਧਾਰ ਕੱਢਦਾ ਸੀ ਅੱਛਾ ਅਤੇ ਬਾਬਾ ਹਵੇਲੀ ਵਾਲਾ ਅਤੇ ਖੂਹ ਸੀ ਨਾਲ ਉਹਨਾਂ ਦਾ ਅੱਛਾ ਬਾਬੇ ਹਵੇਲੀ ਵਾਲੇ ਦਾ ਉਹਦੀ ਜਨਾਨੀ ਆਟਾ ਲੈ ਕੇ ਗਈ ਅਤੇ ਮੀਦਾ ਮੈਨੂੰ ਆਉਂਦੀਆਂ ਇੱਥੇ ਖਲੋ ਮਾਈ ਦੇ ਨਾਲ ਇੰਜ ਕਰ ਇੰਜ ਕੀਤਾ ਹੋਇਆ ਨਾ ਮੈਨੂੰ ਤਾਂ ਮੈਂ ਮਾਈ ਦੇ ਨਾਲ ਲੱਗੀ ਮਾਈ ਪਾ ਪਿੱਟਣਾ ਦਿੱਤਾ ਆਟਾ ਲੈ ਕੇ ਸਾਡੇ ਘਰ ਗਈ ਅੱਛਾ ਅੱਛਾ ਮੇਰੀ ਮੈਂ ਬਾਹਰ ਨਿਕਲ ਪਿਆ ਤੇਰੀ ਕੁੜੀ ਨੇ ਆ ਕੀਤਾ ਹੀ ਕੰਮ ਆਉਂਦਾ ਭਾਬੀ ਉਹਨਾਂ ਲਿਆ ਆਟਾ ਅਤੇ ਲੋ ਤਾਂ ਇੱਥੇ ਤੁਰ ਗਈ ਅਤੇ ਆਉਂਦਾ ਮਾਈ ਆ ਵੀ ਆਟੇ 'ਚ ਕੀ ਬਣ ਗਿਆ ਹੈ ਅੱਛਾ ਅੰਮਾ ਜੀ ਉਹ ਉਹਨਾਂ ਦੀ ਜ਼ਮੀਨ ਇੱਥੇ ਕਾਫੀ ਜ਼ਿਆਦਾ ਆ ਵੇਖਾਂ ਜਿਉਂ ਉਹਨਾਂ 50 ਰੁਪਏ ਮਰਲਾ ਸਲਾਮੇ ਨੇ ਵੇਚਿਆ ਉਹਨਾਂ ਦੀ ਜ਼ਮੀਨ ਖੂਹ ਸੀ ਵਿੱਚ ਬਾਗ ਸੀ ਵਿੱਚ ਸਿੱਖਾਂ ਦਾ ਬਾਗ ਵੀ ਸੀ ਸਿੱਖਾਂ ਦਾ ਬਾਬੇ ਦਾ ਬਾਗ ਸੀ ਅੱਛਾ ਬਾਗ ਦਾ ਕੀ ਨਾਂ ਸੀ ਕੋਈ ਪਤਾ ਇੱਥੇ ਖੂਹ ਲੱਗੇ ਸਨ ਅਤੇ ਬਾਬੇ ਦਾ ਬਾਗ ਸੀ ਬੇਲਾ ਬਾਬਾ ਹਵੇਲੀ ਵਾਲਾ ਹੀ ਆਉਂਦੇ ਹੁੰਦੇ ਸਨ ਅੱਛਾ ਉਹ ਜਿਹੜਾ ਸਰਦਾਰ ਜੀ ਅਸੀਂ ਤਾਂ ਮੰਜੀ 'ਤੇ ਬਹਿ ਰਹਿੰਦਾ ਸੀ ਉਹ ਜਿਹੜਾ ਬਾਬਾ ਸਰਦਾਰ ਸਿੱਖ ਸੀ ਉਹਦਾ ਖੂਹ ਸੀ ਉਹਦਾ ਹੀ ਬਾਗ ਸੀ ਉਹਦਾ ਹੀ ਬਾਗ ਸੀ ਮੋਟਾ ਜਿਹਾ ਸੀ ਅਤੇ ਇੱਥੋਂ ਲੈ ਕੇ ਨਾ ਉਹ ਉੱਥੋਂ ਸੀਤਾਂ ਪੈ ਰਹੀਆਂ ਸੀਤਾਂ ਉਹਦੀ ਜ਼ਮੀਨ ਸੀ ਉਹ ਨਾਂ ਦਾ ਪਤਾ ਜੇ ਉਹਨਾਂ ਦਾ ਯਾਦ ਹੈ ਕੋਈ ਕਿ ਬਾਬਾ ਜੀ ਮਸ਼ਹੂਰ ਸਨ ਬਾਬਾ ਹਵੇਲੀ ਵਾਲਾ ਹੀ ਆਉਂਦੇ ਹੁੰਦੇ ਸਨ ਅੱਛਾ ਬਾਬਾ ਹਵੇਲੀ ਵਾਲਾ ਹੀ ਅੱਛਾ ਤੁਹਾਡੀਆਂ ਜਿਹੜੀਆਂ ਸਹੇਲੀਆਂ ਸਨ ਉਹ ਸਾਡੀ ਤਾਂ ਇੱਕੋ ਹੀ ਸੀ ਇੱਕ ਇੱਥੇ ਅਤੇ ਇੱਕ ਉੱਥੇ ਪਿਆਰੋ ਸੀ ਕੁੜੀ ਸਾਹਮਣੇ ਗਲੀ ਦੇ ਵਿੱਚ ਨਾ ਉਹਨਾਂ ਦਾ ਛੱਜੇ ਵਾਲਾ ਘਰ ਸੀ ਅੱਛਾ ਅਤੇ ਉਹਦੇ ਨਾਲ ਪਿਆਰੋ ਸੀ ਅੱਛਾ ਉਹ ਤੁਹਾਡੀ ਸਹੇਲੀ ਸੀ ਹੈ ਘਰਾਂ ਦੇ ਵਿੱਚ ਆਉਣ ਜਾਣ ਆਇਆ ਸੀ ਤੁਹਾਡਾ ਆਵੜ ਜਾਣਾ ਘਰਾਂ 'ਚ ਕਿ ਆਪੇ ਹੀ ਵੜ ਜਾਣਾ ਕਦੀ ਨਹੀਂ ਕਿਸੇ ਕੁਛ ਆਖਿਆ ਉਹ ਵੀ ਆਈ ਜਾਂਦੇ ਸਨ ਤੁਸੀਂ ਵੀ ਟੁੱਟ ਜਾਂਦੇ ਹੋ ਉਹ ਨਹੀਂ ਵੜਦੇ ਸਾਡੇ ਘਰਾਂ 'ਚ ਟੇਪੇ ਟਕਾਉਂਦੇ ਹਨ ਅੱਛਾ ਤੁਸੀਂ ਟੁੱਟ ਜਾਂਦੇ ਹੋ ਇਹੀ ਹਾਂ ਟੁੱਟ ਜਾਣਾ ਜਿਹਦੇ ਘਰ ਮਰਜ਼ੀ ਅਤੇ ਮੈਂ ਲੜਾਈਆਂ ਵੀ ਹੁੰਦੀਆਂ ਹਨ ਪਿਆਰ ਮੁਹੱਬਤ ਹੀ ਨਾ ਲੜਾਈਆਂ ਨਹੀਂ ਸਨ ਹੁੰਦੀਆਂ ਅੱਛਾ ਨਾ ਕਿਸੇ ਕਦੀ ਲੜਾਈ ਹੋਈ ਨਹੀਂ ਸੀ ਮੇਰਾ ਪਿਓ ਜਾਂਦਾ ਹੁੰਦਾ ਸੀ ਮੇਰਾ ਚਾਚਾ ਜਾਂਦਾ ਸੀ ਵਾਢੀ ਇਹ ਨੱਥਾ ਸਿੰਘ ਕੀ ਨੱਥਾ ਸਿੰਘ ਕੀ ਵਾਢੀ ਜਾਂਦਾ ਸੀ ਮੰਗਾ ਸੀ ਉਹਦਾ ਭਰਾ ਮੰਗਾ ਮੰਗਾ ਸਿੰਘ ਮੰਗਾ ਸਿੰਘ ਅਤੇ ਇਹ ਉਹਨਾਂ ਦੀ ਭੈਣ ਇੱਕੋ ਹੀ ਸੀ ਅਤੇ ਗਸਮ ਮੇਰੀ ਉਹਨਾਂ ਦਾ ਖੂਹ ਉੱਥੇ ਜਿੱਥੇ ਮੰਡੀ ਹੈ ਅੱਛਾ ਜਿੱਥੇ ਮੰਡੀ ਹੈ ਉੱਥੇ ਖੂਹ ਸੀ ਠੀਕ ਹੈ ਨਹਿਰ ਦੇ ਨਾਲ ਨਹਿਰ ਦੇ ਨਾਲ ਨਹਿਰ ਸ਼ਹਿਰ ਕੋਈ ਨਹੀਂ ਸੀ ਉਦੋਂ ਨਹਿਰ ਨਹੀਂ ਸੀ ਹੁੰਦੀ ਨਹੀਂ ਇਹ ਨਹਿਰ ਬਾਅਦ 'ਚ ਬਣੀ ਨਹਿਰ ਤਾਂ ਮੇਰੇ ਵਿਆਹ ਤੋਂ ਪਿੱਛੋਂ ਬਣੀ ਅੱਛਾ ਹੈ ਅਤੇ ਉਹ ਨਹਿਰ ਦੇ ਨਾਲ ਹੀ ਮਤਲਬ ਹੁਣ ਤਾਂ ਚਲੋ ਨਹਿਰ ਬਣ ਗਈ ਉਦੋਂ ਨਹੀਂ ਸੀ ਹੁੰਦੀ ਉੱਥੇ ਉਹਨਾਂ ਦਾ ਖੂਹ ਸੀ ਉਦੋਂ ਜਦੋਂ ਮੇਰਾ ਵਿਆਹ ਹੋਇਆ ਖੋਤੇ ਲੱਗੇ ਸਨ ਅਤੇ ਪਠਾਨ ਲੱਗੇ ਸਨ ਕੱਢਣ ਨਹਿਰ ਨੂੰ ਅਤੇ ਇਹ ਜਿਹੜਾ ਉਸ ਤਰ੍ਹਾਂ ਹੀ ਸਿੱਧਾ ਮੋਤਰੇ ਜਾਂਦਾ ਸੀ ਅੱਛਾ ਅੱਛਾ ਹੈ ਅਤੇ ਉਹ ਜਿਹੜਾ ਬਾਬਾ ਸੀ ਨਾ ਹਵੇਲੀ ਵਾਲਾ ਉਹਦਾ ਪੁੱਤਰ ਕੋਈ ਨਹੀਂ ਸੀ ਅੱਛਾ ਉਹਦਾ ਹੀ ਆਟਾ ਪਿੱਟਿਆ ਅਤੇ ਗਾਲਾਂ ਕੱਢੇ ਅਤੇ ਜਾ ਕੇ ਆਉਂਦੀ ਹੈ ਰੀਮਿਆ ਤੇਰੀ ਕੁੜੀ ਨੇ ਆਟਾ ਪਿੱਟ ਛੜਿਆ ਉਹਦਾ ਇੱਥੇ ਤਰ ਜਾ ਭਾਬੀ ਆਪੇ ਆਉਂਦੀ ਹੈ ਤਾਂ ਪੁੱਛਦੇ ਹੈ ਆਉਂਦੀ ਹੈ ਤਾਂ ਪੁੱਛਣਾ ਆਖਿਆ ਸੂਰਦੀਏ ਤੁਸੀਂ ਨਾ ਗੁਰਦੁਆਰੇ ਵੱਲ ਜਾਇਆ ਕਰੋ ਉਹਨਾਂ ਨੇ ਪਿੱਟ ਛੱਡ ਦੀਆਂ ਆਟਾ ਲੈ ਕੇ ਜਾਂਦੀਆਂ ਨੇ ਹੈ ਚੰਗੇ ਲੋਕ ਸਾਣੀ ਕਸਮ ਹੈ ਇੱਛਰਾਂ ਦੇ ਤਾਂ ਨਹੀਂ ਹਨ ਲੋਕ ਜਿਸ ਤਰ੍ਹਾਂ ਦੇ ਹੁਣ ਲੁੱਚੇ ਖਰਾਬ ਨੇ ਆਵੇ ਕਾ ਦੋ ਬੰਦੇ ਮਾਰ ਛੜੇ ਨੇ ਹੁਣ ਇੱਥੇ ਦੋ ਬੰਦੇ ਕਤਲ ਹੋ ਗਏ ਨੇ ਬਿਲਕੁਲ ਤੇ ਮਾਂ ਜੀ ਉਹ ਵੇਖ ਲਓ ਹੈ ਵੀ ਸਿੱਖ ਸਨ ਹਿੰਦੂ ਸਨ ਲੇਕਿਨ ਕਿੰਨਾ ਪਿਆਰ ਸੀ ਮੁਸਲਮਾਨਾਂ ਦਾ ਆਪਸ ਵਿੱਚ ਪਿਆਰ ਸੀ
ਸਾਰਿਆਂ ਦਾ ਆਪਸ ਵਿੱਚ ਘਰਾਂ 'ਚ ਆਉਣਾ ਜਾਣਾ ਬਹਿਣਾ ਇੱਥੇ ਇੱਥੇ ਕਰਕੇ ਸਾਡੀ ਗਲੀ ਦੇ ਵਿੱਚ ਘਰ ਸੀ ਪ੍ਰੀਤਮ ਸਿੰਘ ਦੇ ਨਾਂ ਸੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਕੁੜੀ ਹੀ ਮੁੰਡਾ ਮੁੰਡਾ ਅੱਛਾ ਮੁੰਡੇ ਦਾ ਨਾਂ ਸੀ ਪ੍ਰੀਤਮ ਠੀਕ ਹੈ ਪ੍ਰੀਤਮ ਸਿੰਘ ਦਾ ਨਾਂ ਸੀ ਜਿਹੜਾ ਬਾਬਾ ਸੀ ਨਾ ਉਹਨਾਂ ਦਾ ਪਿਓ ਉਹਨਾਂ ਲਿਆਏ ਲੀਲਾ ਘਰ ਘਰ ਲੀਲਾ ਲਿਆਏ ਅਤੇ ਦੋ ਤਰੇ ਸਿੱਖ ਨਾਲ ਇਕੱਠੇ ਹੋ ਗਏ ਅਤੇ ਟੁੱਟਾ ਬੂਹਾ ਸੀ ਅੱਜ ਕਰਕੇ ਆਹਾ ਬੂਹੇ 'ਚ ਜਿਵੇਂ ਖਲੋ ਕੇ ਅਤੇ ਵੇਂਦੇ ਆ ਰਹਿਣਾ ਕੀ ਲੀਲੇ ਨੂੰ ਕਰਦੇ ਨੇ ਅੱਛਾ ਹਾਂ ਉਹਨਾਂ ਆਖਣਾ ਆਰ ਚੁੱਗੇ ਪਾਰ ਚੁੱਗੇ ਚਾਰ ਚੁੱਗੇ ਤੂੰ ਮੇਰਾ ਸਤਿਗੁਰੂ ਦਾ ਨਾਂ ਲੈ ਕੇ ਸਿਰ ਲਾ ਲਾਂਗਾ ਤੇਰਾ ਇਹ ਪੜ੍ਹਦੇ ਹੁੰਦੇ ਸਨ ਇਹ ਤਰ੍ਹਾਂ ਥੋੜ੍ਹਾ ਜਿਹਾ ਉੱਚੀ ਬੋਲਿਓ ਕੀ ਪੜ੍ਹਦੇ ਹਨ ਆਰ ਚੁੱਗੇ ਪਾਰ ਚੁੱਗੇ ਘਾ ਚੁੱਗੇ ਤੂੰ ਮੇਰਾ ਤੇ ਸਤਿਗੁਰੂ ਦਾ ਨਾਂ ਲੈ ਕੇ ਸਿਰ ਲਾ ਲਾ ਮੈਂ ਤੇਰਾ ਤਲਵਾਰ ਮਾਰ ਕੇ ਸਿਰ ਲਾ ਲੈ ਉਹਦਾ ਬੱਕਰੇ ਦਾ ਸਿਰ ਲਾ ਹਟਦੇ ਹਾਂ ਇਹੋ ਜਿਹੀ ਸਾਨੂੰ ਅਸੀਂ ਨਾ ਕਦੀ ਬੈਠੀਆਂ ਨੇ ਹਾਂ ਸਾਨੂੰ ਕੋਈ ਨਹੀਂ ਮੋੜਦਾ ਜਿੱਥੇ ਮਰਜ਼ੀ ਫਿਰੋ ਜਿੱਥੇ ਮਰਜ਼ੀ ਜਾਓ ਕੁਰਾਨ ਪੜ੍ਹਨ ਤੁਰ ਜਾਣਾ ਫਿਰ ਉਹਨੂੰ ਛੇੜ ਉਹਨੂੰ ਛੇੜ ਉਹਨੂੰ ਛੇੜ ਅੰਮਾ ਜੇ ਅਸੀਂ ਤਕਬੀਰ ਪੜ੍ਹਦੇ ਹਾਂ ਜਾਨਵਰ ਜ਼ਿਬਾ ਕਰਨ ਲੱਗਿਆ ਉਂਝੋ ਇਹ ਪੜ੍ਹਦੇ ਹੁੰਦੇ ਸਨ ਨਹੀਂ ਅਸੀਂ ਤਾਂ ਪੜ੍ਹਨੇ ਆ ਲਾ ਉਹੀ ਹੈ ਨਾ ਅਸੀਂ ਤਕਬੀਰ ਪੜ੍ਹਨੇ ਆ ਲਾ ਤੇ ਇਹ ਤਕਬੀਰ ਦੱਸੀ ਆ ਤੇਰੇ ਇਹ ਉਹਨਾਂ ਦੀ ਸੀ ਤਕਬੀਰ ਉਹਨਾਂ ਦੀ ਸਹੀ ਹੈ ਅੱਛਾ ਉਹਨਾਂ ਦੀ ਸੀ ਹਾਂ ਕਾਲੇ ਕਾਲੇ ਰੰਗ ਦਾ ਲੀਲਾ ਖਿਲਾ ਰਿਹਾ ਹੈ ਮੈਂ ਮੀਦਾਂ ਨੇ ਆਖਿਆ ਆ ਵੇਖੀਏ ਕੀ ਕਰਨ ਲੱਗੇ ਨੇ ਆਉਂਦਾ ਆਰ ਚੁੱਗੇ ਪਾਰ ਚੁੱਗੇ ਅਤੇ ਕਹਾ ਚੁੱਗੇ ਤੂੰ ਮੇਰਾ ਅਤੇ ਸਤਿਗੁਰੂ ਦਾ ਨਾਂ ਲੈ ਕੇ ਸਿਰ ਲਾ ਲਾ ਮੈਂ ਤੇਰਾ ਅੱਛਾ ਉਹ ਜਿੰਝ ਅਸੀਂ ਮਸਜਿਦ 'ਚ ਤਾਂ ਚਲੋ ਅਸੀਂ ਪੰਜ ਟਾਈਮ ਜਾਈਦਾ ਉਹ ਉਹਨਾਂ ਦਾ ਕੀ ਟਾਈਮ ਹੁੰਦਾ ਸੀ ਜਾਣ ਦਾ ਗੁਰਦੁਆਰੇ ਜਿੱਥੇ ਮਰਜ਼ੀ ਲਾ ਲੈਂਦੇ ਹੁੰਦੇ ਜਦੋਂ ਮਰਜ਼ੀ ਟੁੱਟ ਜਾਂਦੇ ਹਨ ਗੁਰਦੁਆਰੇ ਆਹੋ ਉਹ ਰੋਜ਼ ਜਾਂਦੇ ਹੀ ਰਹਿੰਦੇ ਹਨ ਰੋਜ਼ ਵਡੇਲੇ ਉੱਠ ਕੇ ਜਾਂਦੇ ਹਨ ਤੇ ਮੰਦਰ ਕਿੰਨੇ ਕੁ ਹਨ ਇੱਥੇ ਮੰਦਰ ਇੱਕ ਉਹ ਨਹੀਂ ਗਲੀ ਦੇ ਵਿੱਚ ਆਹੋ ਗਲੀ ਦੇ ਵਿੱਚ ਉਹ ਖੱਤਰੀਆਂ ਦਾ ਅੱਛਾ ਉਹ ਖੱਤਰੀਆਂ ਉਹ ਹਿੰਦੂਆਂ ਦਾ ਸਿੱਖਾਂ ਦਾ ਉਹ ਵੇ ਸਿੱਖਾਂ ਦਾ ਬਾਜ਼ਾਰ ਵਿੱਚ ਨਹੀਂ ਸਿੱਖਾਂ ਦਾ ਸ਼ਰੀਕ ਤੇ ਸ਼ਰਕ ਤੇ ਇੱਕ ਸ਼ਰਕ ਤੇ ਇੱਕ ਉਹ ਜਿਹੜਾ ਬਾਜ਼ਾਰ ਵਾਲਾ ਬਾਜ਼ਾਰ ਵਾਲਾ ਹਿੰਦੂਆਂ ਦਾ ਨਹੀਂ ਬਾਜ਼ਾਰ ਵਾਲਾ ਇੱਕ ਹਿੰਦੂਆਂ ਦਾ ਮੰਦਰ ਹੈ ਨਾ ਤੇ ਇੱਕ ਯਈਏ ਦੇ ਦੁਕਾਨ ਦੇ ਸਾਹਮਣੇ ਜਿਹੜਾ ਵੇ ਬਾਜ਼ਾਰ ਦੇ ਵਿੱਚ ਮੁਹੰਮਦ ਅਲੀ ਦਾਰ ਦੇ ਗੁਰਦੁਆਰਾ 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 ਅੱਛਾ ਇੱਕ ਉਹੀ ਤੇ ਸੜਕ ਤੇ ਕਿੱਥੇ ਕਰ ਕੇ ਵੇ ਸੜਕ ਤੇ ਜਿਹੜਾ ਸੀ ਉਹ ਸਭ ਤੋਂ ਵੱਡਾ ਸੀ ਉਹ ਕਿੱਥੇ ਕਰ ਕੇ ਵੇ ਸੜਕ ਤੇ ਵਾਲਾ ਸੜਕ ਤੇ ਨਾ ਆ ਜਾਈਏ ਨਾ ਇੱਧਰ ਤੇ ਉੱਚੀਆਂ ਜਿਹੀਆਂ ਹੱਟੀਆਂ ਨੇ ਤੇ ਸਾਹਮਣਾ ਬੂਹਾ ਹੈ ਉਹਨੂੰ ਜਿਹਨੂੰ ਮਰਜ਼ੀ ਪੁੱਛ ਲਈ ਕਿ ਜਿਹੜਾ ਸਿੱਖਾਂ ਦਾ ਗੁਰਦੁਆਰਾ ਕਿਹੜਾ ਹੁਣ ਉਹ ਉੱਥੇ ਹੱਟੀਆਂ ਬਣ ਗਈਆਂ ਹੱਟੀਆਂ ਬਣ ਗਈਆਂ ਹੱਟੀਆਂ ਬਣ ਗਈਆਂ ਨੇ ਲੋਕਾਂ ਨੇ ਬਣਾ ਲਈਆਂ ਨੇ ਕਿ ਉਹਦੇ ਰਹਿੰਦੇ ਨੇ ਵਿੱਚ ਗੁਰਦੁਆਰੇ ਦੇ ਅੱਛਾ 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 ਚੰਗੇ ਨੇ ਉਹ ਵੀ ਚੰਗੇ ਨੇ ਉਹ ਤੇ ਕਿਤਾਬ ਜਿਹੜੇ ਆਪਣੇ ਸਾਡੇ ਨਾ ਏਡੇ ਏਡੇ ਜਿੰਨਾ ਤੇ ਪੜ੍ਹਦੇ ਹੁੰਦੇ ਹਨ ਉਹ ਸਾਰੇ ਹੀ ਉਹਨਾਂ ਨੇ ਜਿਹੜੇ ਵਿੱਚ ਆ ਕੇ ਬੜੇ ਹਨ ਉਹਨਾਂ ਨੇ ਢੇਰ ਲੱਗ ਗਏ ਹਨ ਕਿਤਾਬਾਂ ਦੇ ਏਡੀ ਏਡੀ ਮੋਟੀ ਉਹ ਸਾਰੀਆਂ ਖੂਹ 'ਚ ਸੁੱਟੀਆਂ ਸਨ ਜਦੋਂ ਇੱਥੋਂ ਗਏ ਨੇ ਅੱਛਾ ਜਦੋਂ ਅਮਾ ਰੌਲਾ ਪਿਆ ਵੇ ਮਤਲਬ 47 'ਚ ਉਹ ਜਦੋਂ ਇੱਥੋਂ ਉੱਧਰ ਟੁਰ ਗਏ ਨੇ ਇੰਡੀਆ ਵੱਲ ਉਦੋਂ ਤੁਸੀਂ ਕਿੱਥੇ ਹੋ ਇੱਥੇ ਹੀ ਸੋ ਇੱਥੇ ਆ ਤਾਂ ਨਵਾਂ ਥਾਂ ਲੈ ਕੇ ਬਣਾਇਆ ਤੁਸੀਂ ਉਸ ਟਾਈਮ ਕਿੱਥੇ ਤੁਸੀਂ ਅਸੀਂ ਉਸ ਜਿੱਥੇ ਤੈਨੂੰ ਮੈਂ ਦੱਸਿਆ ਕਿ ਸਿੱਖ ਘਰ ਆਇਆ ਸੀ ਆਹੋ ਘਰ ਉਸ ਗਲੀ ਹੈ ਸਾਡਾ ਘਰ ਅੱਛਾ ਇੰਡੀਆ 'ਚ 47 ਤੋਂ ਬਾਅਦ ਮਿਲਣ ਆਏ ਨੇ ਸਿੱਖ ਹੈਂ ਬਾਅਦ 'ਚੋਂ ਆਏ ਨੇ ਸਿੱਖ ਉੱਥੋਂ ਮਿਲਣ ਨਹੀਂ ਇੱਕ ਆਇਆ ਅਤੇ ਜਿਹੜੇ ਆਏ ਹਨ ਦੋ ਜਨਾਨੀਆਂ ਅਤੇ ਚਾਰ ਬੰਦੇ ਉਹ ਵੀ ਆਏ ਸਨ ਅਤੇ ਉਹਨਾਂ ਵੀ ਬੜਾ ਪਿਆਰ ਨਾਲ ਪੁੱਛਿਆ ਸੀ ਤੁਹਾਨੂੰ ਮਿਲੇ ਹਨ ਮਿਲੇ ਮੈਂ ਵੀ ਵਿੱਚ ਸਾਂ ਬੈਠੀ ਬੰਦਿਆਂ ਦੇ ਵਿੱਚ ਸਾਰੇ ਪੁੱਛਦੇ ਸਾਂ ਆਪਣੇ ਵੱਡਿਆਂ ਵੱਲੋਂ ਪੁੱਛਿਆ ਉਹਨਾਂ ਨੇ ਪੁੱਛਣਾ ਸੀ ਫਾਤਮਾ ਨੂੰ ਵੀ ਆਉਂਦਾ ਸਨ ਅਤੇ ਸਿੱਖ ਹਨ ਅੱਛਾ ਸਿੱਖ ਸਿੱਖ ਉਹਨੂੰ ਸਿੱਖਾਂ ਦਾ ਬਹੁਤਾ ਪਤਾ ਸੀ ਨਿਆਣੇ ਹੁੰਦੇ ਸਨ ਉਹਨਾਂ ਦੇ ਉਹਦੀ ਹੱਥੀ ਬਿਲਕੁਲ ਉਹ ਦਾਈ ਸੀ ਨਾ ਦਾਈ ਤੇ ਅਮਾ ਫਾਤਮਾ ਦੀ ਮੈਂ ਤੇ ਹਿੰਦੂਆਂ ਸਿੱਖਾਂ ਦੇ ਬੱਚੇ ਖਡਾਏ ਨੇ ਖਡਾਏ ਨਾਜ਼ਰੀਨ ਅਮਾ ਫਾਤਮਾ ਦਾਈ ਜਿਨ੍ਹਾਂ ਦੀ ਪਹਿਲੇ ਮੈਂ ਵੀਡੀਓ ਬਣਾਈ ਸੀ ਉਹ ਦਾਈ ਸਨ ਮਤਲਬ ਤੇ ਉਹਨਾਂ ਦੇ ਹੱਥਾਂ ਤੇ ਜਿਹੜਾ ਨਾ ਮਾਸ਼ਾਅੱਲਾ ਇਹ ਜਾਮਕਿਆਂ ਦੇ ਵਿੱਚ ਪੂਰੇ ਪਿੰਡ ਦੀ ਮਾਂ ਉਹਨਾਂ ਨੂੰ ਕਿਹਾ ਜਾਂਦਾ ਜਿਹੜਾ ਭਾਨੂ ਸੀ ਨਾ ਉਹਨੂੰ ਪਤਾ ਸੀ ਨਾ ਸਾਡਾ ਕਹਿੰਦਾ ਸੀ ਮੈਂ ਤੀਂ ਕੁੜੀਆਂ ਵੇਖਣੀਆਂ ਮੈਂ ਮਿਲ ਕੇ ਜਾਣਾ ਫਿਰ ਮੈਂ ਦੱਸਾਂਗਾ ਜਾ ਕੇ ਭਾਨੂ ਸਿੰਘ ਜਿਹੜਾ ਸੀ ਨਹੀਂ ਸਾਡੀ ਗਲੀ 'ਚ ਮਾਨੂ ਮਾਨਪੁਰ
ਮਾਨਪੁਰ ਦਾ ਨਾਂ ਸੀ। ਅੱਛਾ ਉਹਦਾ ਮਾਨਪੁਰ ਨਾਂ ਸੀ। ਸਵਰਨ ਸਿੰਘ ਸੀ ਨਾ। ਕੌਣ? ਸਵਰਨ ਸਿੰਘ ਇੱਕ ਦੇ ਨਾਂ ਸੀ, ਸਿੱਖ ਸੀ। ਅੱਛਾ, ਸਵਰਨ ਸਿੰਘ। ਉਹ ਆਂਦਾ ਸੀ ਇਹ ਮੁਸਲਾ ਹੈ, ਪੰਜ ਮਾਰਾਂਗਾ ਤੇ ਇਹਦੇ ਨਾਲ ਵੀ ਪੰਜ ਮਾਰਾਂਗਾ। ਸੁਨਿਆਰਾ ਸੀ ਇੱਕ ਤੇ ਆਂਦਾ ਸੀ ਮੈਂ ਨੀ ਜਾਣਾ, ਮੈਂ ਨੀ ਜਾਣਾ, ਇੱਥੇ ਹੀ ਰਹਿਣਾ। ਅੱਛਾ, ਹਿੰਦੂ ਉਹ ਜਿਹੜੇ ਕਸ਼ਮੀਰੀ ਆਏ ਤੇ ਤੂੰ ਤੁਰ ਜਾ, ਰਲਿਆ ਤੁਰ ਜਾ ਤੂੰ। ਰਲਾ ਸਿੰਘ ਉਹਨੂੰ ਆਉਂਦੇ ਹਾਂ। ਉਹਦੇ ਕਮਾਲ ਬੜਾ ਸੀ, ਸੋਨਾ ਬੜਾ ਸੀ। ਅੱਛਾ, ਤੇ ਉਹ ਆਉਂਦਾ ਸੀ ਨਹੀਂ ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਰਹਿਣਾ। ਫਿਰ ਇੱਕ ਮੇਰੀ ਮਾਸੀ ਲੱਗਦੀ ਸੀ, ਉਹ ਆਉਂਦੀ ਸੀ ਉਹਦੀ ਰਲੇ ਦੀ ਜਨਾਨੀ ਨੇ, ਟੁਰ ਜਾ ਮਾਰ ਛੱਡ ਗਏ ਤੁਹਾਨੂੰ। ਤੇ ਆਉਂਦਾ ਸੀ ਨਹੀਂ ਇੱਥੇ ਹੀ ਰਹਿਣਾ। ਉਹ ਮੁੰਡਾ ਜਿਹੜਾ ਸਵਰਨ ਸਿੰਘ ਸੀ ਨਾ, ਉਹ ਬੰਬ ਬਣਾਉਂਦਾ ਹੁੰਦਾ ਸੀ। ਸਵਰਨ ਸਿੰਘ ਜਿਹੜਾ ਮੁੰਡਾ, ਉਹ ਬੰਬ ਬਣਾਉਂਦਾ ਸਿੱਖਾਂ ਦਾ? ਪਟਾਕੇ ਪਟੂਕੇ ਨਹੀਂ, ਅੰਦਰ ਬਣਾਉਂਦਾ ਰਹਿੰਦਾ ਸੀ ਤੇ ਆਉਂਦਾ ਸੀ ਇਹਨਾਂ ਨੂੰ ਮਾਰ ਜਾਣਾ। ਅੱਛਾ, ਤੇ ਆਪੇ ਫਿਰ ਚਾਚਾ ਫਜ਼ਲ ਨਾਲ ਛੱਡ ਕੇ ਆਇਆ ਬੁਰਖਾ ਪਵਾ ਕੇ ਉਹਨੂੰ। ਅੱਛਾ, ਸਵਰਨ ਸਿੰਘ ਨੂੰ ਜਾਂਦਿਆਂ ਬੁਰਖਾ ਪਾ ਕੇ, ਜਾਂਦਿਆਂ ਬੁਰਖਾ ਪਵਾ ਕੇ ਲੈ ਗਿਆ ਕਿ ਕੋ ਆਖੇ ਨਾ ਇੱਕ ਸਿੱਖ ਨੂੰ ਲਈ ਜਾਂਦਾ ਪਿਆ। ਅੱਛਾ, ਜਦੋਂ ਇੱਥੋਂ ਗਏ ਨੇ ਤੇ ਇਹ ਅੱਡੇ ਤੋਂ ਬੈਠੇ ਸਨ? ਹੈ, ਇਸ ਅੱਡੇ ਤੋਂ ਬੈਠੇ ਸਨ ਸਿੱਖ ਜਦੋਂ ਇੱਥੋਂ ਗਏ ਨੇ? ਹੈ, ਤੇ ਇਹ ਵਾਲੇ ਅੱਡੇ ਤੋਂ ਬੈਠੇ ਸਨ ਗੱਡੀਆਂ 'ਚ? ਗੱਡੀਆਂ 'ਚ ਤੁਰਦੇ ਗਏ ਹਨ ਤੇ ਆਲੋ ਮਾਰ ਵਾਲਾ ਪੀਰ ਘੋੜੀ 'ਤੇ ਚੜਿਆ ਸੀ। ਅੱਛਾ, ਆਲੋ ਮਾਰ ਵਾਲਾ ਪੀਰ ਜਿਹੜਾ ਸੀ ਫੈਜ਼ਲ ਸਨ, ਉਹ ਘੋੜੀ 'ਤੇ ਬਹਿ ਕੇ ਅਤੇ ਉਹਨਾਂ ਨੂੰ ਲੈ ਕੇ ਜਾਂਦਾ ਸੀ ਪਿਆ ਅਤੇ ਸ਼ਿਰਕ ਭਰੀ ਸੀ। ਅੱਛਾ, ਅਤੇ ਚਾਬੀਆਂ ਵੀ ਖੁਰਜੀ 'ਚ ਪਾਉਂਦੇ ਹਨ ਅਤੇ ਇੱਕ ਪਾਸੇ ਜਿਸ ਤਰ੍ਹਾਂ ਮਕਾਨਾਂ ਦੀਆਂ ਪਾਉਂਦੇ ਸਨ। ਅੱਛਾ, ਜਿਸ ਤਰ੍ਹਾਂ ਵੀ ਵਿੱਚ ਪਾਈਆਂ ਹਨ ਪੀਰ ਦੇ ਥੈਲੇ 'ਚ ਘੋੜੀ ਦੇ ਉੱਤੇ। ਪੀਰ ਉਹਨਾਂ ਨੂੰ ਛੱਡਣ ਗਏ ਸਨ? ਉਹਨਾਂ ਨੂੰ ਫਿਰ ਦੱਸ ਕੇ ਛੱਡ ਕੇ ਆਏ ਸਨ। ਅੱਛਾ, ਉਹ ਪੀਰ ਮੰਨਦੇ ਹਨ ਨਾ ਇਹਨਾਂ ਨੂੰ ਸਿੱਖ? ਅੱਛਾ, ਸਿੱਖ ਫੈਜ਼ਲ ਹਸਨ ਸ਼ਾਹ ਸਾਹਿਬ ਨੂੰ ਪੀਰ ਮੰਨਦੇ ਸਨ? ਹਾਂ, ਪੀਰ ਹਸਨ ਸ਼ਾਹ। ਉਹਦਾ ਨਾਂ ਚੰਨਨ ਸ਼ਾਹ ਸਾਹਿਬ ਦਾ ਨਹੀਂ? ਨਹੀਂ, ਉਹ ਚੰਮਨ ਸ਼ਾਹ ਅਤੇ ਪਿਓ ਸੀ ਉਹਨਾਂ ਦਾ। ਪੀਰ ਦਾ ਨਾਂ ਫੈਜ਼ਲ ਹਸਨ ਸੀ। ਫੈਜ਼ਲ ਹਸਨ, ਹਾਂ ਪੀਰ। ਉਹਦਾ ਵੀ ਹੁਣ ਉਹ ਵੀ ਮਰ ਗਿਆ। ਅੱਗੋਂ ਜ਼ਾਰਾ ਸ਼ਾਹ ਸੀ, ਉਹ ਵੀ ਮਰ ਗਿਆ। ਜ਼ਾਰੇ ਸ਼ਾਹ ਉਹਨਾਂ ਦਾ ਪੁੱਤਰ, ਜ਼ਾਰੇ ਸ਼ਾਹ ਮਰ ਗਿਆ। ਜ਼ਾਰੇ ਸ਼ਾਹ ਸਾਹਿਬ ਤੇ ਐਮਐਨਏ ਸਨ ਨਾ? ਹੈ, ਐਮਐਨਏ ਸਨ। ਹਾਂ, ਹਲਕੇ ਦੇ ਆ। ਅਤੇ ਉਹ ਵੱਡਾ ਸੀ, ਆਇਆ ਸੀ ਇੱਥੇ, ਮੇਰਾ ਪੁੱਤਰ ਫੌਤ ਹੋ ਗਿਆ ਸੀ। ਤੁਹਾਡਾ ਪੁੱਤਰ ਫੌਤ ਹੋ ਗਿਆ? ਉਹ ਸਾਲ ਹੋ ਗਿਆ, ਬੜਾ ਜਵਾਨ ਸੀ, 14 ਪੜਿਆ ਸੀ। ਹਾਂ, ਉਹਦੇ ਬੜਿਆਂ 'ਚ ਬੈਠੇ। ਅੱਲਾ ਉਹਨਾਂ ਦੀ ਮਗਫਰਤ ਕਰੇ, ਜੰਨਤ 'ਚ। ਉਹ ਤੁਰ ਗਿਆ ਵਿਚਾਰਾ, ਜਗ੍ਹਾ ਦਾ ਜਾਨੀ ਆ ਕਬਰਾਂ 'ਚ, ਮੇਰਾ ਪੁੱਤਰ ਉੱਥੇ ਆ। ਅੱਛਾ ਅੰਮਾ, ਮੈਂ ਉਹ ਪੁੱਛਣ ਦਿਆਂ ਹਾਂ, ਕੋਈ ਯਾਦ ਜੇ ਕਿ ਨਹੀਂ ਉਸ ਪਿੰਡ ਦੇ ਸਰਪੰਚ ਦਾ ਨਾਂ? ਅਜੇ ਇੰਝ ਸਾਡਾ ਮੈਂਬਰ ਹੁੰਦਾ ਚੌਧਰੀ ਪਿੰਡ ਦਾ ਹੁੰਦਾ ਮੈਂਬਰ। ਆਹ ਜਿਹੜਾ ਜਾਗਰ ਸੀ ਨਾ, ਇਹ ਬੜਾ ਸੌਖਾ ਬੰਦਾ ਸੀ। ਉੱਤੇ 'ਚ ਬਾਰਾ ਛੱਤਿਆ ਸੀ, ਉੱਥੇ ਉਹਦਾ ਘਰ ਸੀ ਜਿੱਥੇ ਆ ਨਾ ਕਿ ਉਹਨੇ ਗਲੀ ਠੁੱਟਾ ਆਇਆ, ਉੱਥੇ ਆਇਆ ਨਾ ਮਕਾਨ ਇੱਕ ਖੋਲਾ ਪਿਆ, ਖੋਲਾ ਵੇਖਿਆ ਹੀ ਰਾਜ, ਬਿਲਕੁਲ ਬਿਲਕੁਲ। ਉਸ ਖੋਲੇ ਦੇ ਸਾਹਮਣੇ ਉਹਦਾ ਮਕਾਨ ਸੀ, ਸੁੱਧਾ ਸਿੰਘ ਦਾ। ਸੁੱਧਾ ਸਿੰਘ ਦਾ ਤੇ ਬੜੀ ਜ਼ਮੀਨ ਦਾ ਮਾਲਕ ਸੀ। ਤੇ ਯਾਨੀ ਪਿੰਡ ਦੇ ਵਿੱਚ ਫਿਰ ਉਹਨਾਂ ਦੇ ਨਾਲ ਹੀ ਪੰਚਾਇਤ ਬੈਂਦੀ ਹੁੰਦੀ ਗੱਲ, ਫਿਰ ਆਪੇ ਚ ਰਲ ਜਾਂਦੇ ਹਨ। ਅਜੇ ਤੀਕਰ ਉਹਨਾਂ ਦੀਆਂ ਕਿਤਾਬਾਂ 'ਚ ਨਾਂ ਨਿਕਲ ਆਉਂਦੇ ਨੇ। ਸਮਾਨ ਆਪਣਾ ਛੱਡ ਛੁੱਟ ਗਏ ਹਨ ਸਾਰੇ? ਕੋਈ ਚੀਜ਼ ਨਹੀਂ ਹੱਥਾਂ ਤੋਂ ਖਾਧੀ, ਪੈਰਾਂ ਤੋਂ ਨੰਗੇ ਰੋਂਦੇ ਹੀ ਜਾਂਦੇ ਆ। ਡਸਕੇ ਉਹਨਾਂ ਦਾ ਬਣਿਆ ਸੀ ਦਾਰਾ ਰਹਿਣ ਦਾ, ਤਾਂ ਇੱਥੇ ਸਾਰੀਆਂ ਪੈਲੀਆਂ 'ਚ ਰੋਂਦੇ ਸਨ ਰਾਤ ਨੂੰ ਬਹਿ ਕੇ ਸਿੱਖ। ਡੰਗਰ ਵੀ ਇੱਥੇ, ਸਭ ਕੁਛ ਇੱਥੇ, ਕੋਈ ਸ਼ੈ ਨਹੀਂ ਖੜੀ। ਇਹ ਕਿੰਨੇ ਦਿਨਾਂ ਦੇ ਵਿੱਚ ਸਾਰਾ ਮਾਮਲਾ ਹੋ ਗਿਆ? ਸਾਉਣ ਭਾਦਰੋਂ ਸੀ, 2 ਮਹੀਨਿਆਂ ਦੇ ਵਿੱਚ ਹੋਇਆ ਸੀ
ਸੌਣ ਭਾਦਰੋਂ ਚ ਸੌਣ ਭਾਦਰੋਂ ਦੇ ਮਹੀਨੇ ਸਨ ਤੇ 2 ਮਹੀਨਿਆਂ ਦੇ ਵਿੱਚ ਹੀ ਆ ਸਾਰਾ ਮੁੱਕ ਗਿਆ ਫਿਰ ਬਾਬਾ ਜਾਂਦਾ ਹੁੰਦਾ ਸੀ ਲੈਣ ਗੱਡਿਆਂ ਦੇ ਉੱਤੇ ਬਾਬਾ ਕਾਜ਼ੀ ਆਜ਼ਮ ਅੱਛਾ ਗੱਡਿਆਂ ਦੇ ਉੱਤੇ ਜਾਂਦਾ ਸੀ ਤੇ ਤੁਰਦਾ ਜਾਂਦਾ ਸੀ ਭੈਣ ਵੀ ਤੁਰ ਕੇ ਜਾਂਦੀ ਸੀ ਅਤੇ ਜਾ ਕੇ ਅਤੇ ਉਹਨਾਂ ਨੂੰ ਗੱਡਿਆਂ 'ਤੇ ਬਾ ਕੇ ਇਹਨਾਂ ਨੂੰ ਮਾਜਰਾਂ ਨੂੰ ਲਿਆਉਂਦਾ ਹੁੰਦਾ ਸੀ ਬਾਬਾ ਕਾਇਦ ਆਜ਼ਮ ਮੁਹੰਮਦ ਅਲੀ ਜਨਾਹ ਹਾਂ ਮੈਂ ਵੇਖਿਆ ਤੁਸੀਂ ਵੇਖੇ ਨੇ ਕਾਇਦ ਆਜ਼ਮ ਮੈਂ ਵੇਖਿਆ ਉਹ ਮੇਰੇ ਸਾਹਮਣੇ ਸਵਾਰੀਆਂ ਲਿਆਉਂਦਾ ਸੀ ਲੋਕਾਂ ਕੋਲ ਬਾਬਾ ਕੇ ਚਲੋ ਬਾਈ ਚਲੋ ਮੁਸਲਮਾਨ ਅੱਛਾ ਵੱਖਰਾ ਵੱਖਰਾ ਮੁਸਲਮਾਨਾਂ ਨੂੰ ਕਰਦਾ ਸੀ ਉਹਨੇ ਹੇਠਲੀ ਉੱਤੇ ਆਉਂਦੀ ਸੀ ਅਤੇ ਕਾਇਦ ਆਜ਼ਮ ਮੁਹੰਮਦ ਅਲੀ ਜਨਾਹ ਦੀ ਜਿਹੜੀ ਭੈਣ ਫਾਤਮਾ ਫਾਤਮਾ ਉਹਨਾਂ ਨੂੰ ਵੀ ਤੁਸੀਂ ਵੇਖਿਆ ਉਹਨੂੰ ਵੀ ਵੇਖਿਆ ਰੋਟੀ ਨਹੀਂ ਸੀ ਖਾਂਦੀ ਜਿਹੜੀ ਰੋਟੀ ਕੋਈ ਦਿੰਦਾ ਸੀ ਨਾ ਖਾਂਦੀ ਨਹੀਂ ਸੀ ਅਤੇ ਆਪੀ ਖਾਂਦੀ ਸੀ ਅੱਧੀ ਰੋਟੀ ਆਪੀ ਅਤੇ ਬਾਕੀ ਜਿਹੜੀ ਵੱਧਦੀ ਸੀ ਉਹ ਭਰਾ ਨੂੰ ਦਿੰਦੀ ਸੀ ਅੱਛਾ ਪਤਾ ਕਿਉਂ ਦਿੰਦੀ ਸੀ ਜ਼ਹਿਰ ਨਾ ਪਾ ਦੇ ਮੈਂ ਮਰ ਜਾਂ ਤਾਂ ਵਿਸ਼ਾਕ ਮਰ ਜਾ ਮੇਰੇ ਭਰਾ ਨੂੰ ਕੁਝ ਨਾ ਹੋਏ ਅਤੇ ਅੰਮਾ ਜੀ ਜਿਹੜਾ ਪਿਆਰ ਮੁਹੱਬਤ ਨਾ ਤੁਹਾਡਾ ਉਹ ਸਿੱਖਾਂ ਦੇ ਨਾਲ ਵਕਤ ਗੁਜ਼ਰਿਆ ਹੈ ਇਹਨਾਂ ਨਾਲ ਹੀ ਬਹੁਤਾ ਸੀ ਨੱਥਾ ਸਿੰਘ ਨਾਲ ਅਤੇ ਜੀਤ ਹੋਰਾਂ ਨਾਲ ਅੱਛਾ ਇਹਨਾਂ ਨਾਲ ਮਾਈ ਨਾਲ ਤੱਖਰ ਨਾਲ ਹੀ ਮਾਂ ਉਹਨਾਂ ਦੀ ਤੱਖਰ ਸੀ ਸਹੀ ਹੈ ਤੱਖਰ ਉਹਦਾ ਨਾਂ ਸੀ ਅੱਛਾ ਅੱਛਾ ਅਤੇ ਇਕੱਠੀਆਂ ਜਿੰਝ ਅੱਜ ਕੱਲ੍ਹ ਜਨਾਨੀਆਂ ਬਹਿੰਦੀਆਂ ਨੇ ਉਹਨਾਂ ਦੇ ਘਰ ਵਾਲੇ ਰਹਿੰਦੇ ਸਾਰ ਵੇਲੇ ਜਾਣਿਆਂ ਨੇ ਕੁਛ ਆਉਂਦੀਆਂ ਸਹੀ ਹੋ ਦੋ ਸਨ ਮਾਵਾਂ ਧੀਆਂ ਅਤੇ ਇੱਕ ਭਰਾ ਸੀ ਅਤੇ ਇੱਕ ਨੱਥਾ ਸਿੰਘ ਉਹਨਾਂ ਦਾ ਪਿਓ ਸੀ ਉਹਨਾਂ ਦੀਆਂ ਵਾਢੀਆਂ ਵੀ ਕਰਦੇ ਸਨ ਅੱਛਾ ਅੱਛਾ ਅਤੇ ਇਹ ਜਗ੍ਹਾ ਜਿੰਝ ਠੇਕਿਆਂ 'ਤੇ ਅੱਜ ਕੱਲ੍ਹ ਦਿੰਦੇ ਨੇ ਉਦੋਂ ਵੀ ਇੰਝ ਹੁੰਦਾ ਸੀ ਨਹੀਂ ਉਦੋਂ ਨਹੀਂ ਸੀ ਹੁੰਦਾ ਉਦੋਂ ਬੰਦਿਆਂ ਕੋ ਵਡਾਉਂਦੇ ਹੁੰਦੇ ਹਨ ਅੱਛਾ ਅੱਛਾ ਨਜ਼ਰੀਨ ਜਿਹੜੇ ਵੀਡੀਓ ਵੇਖ ਰਹੇ ਨੇ ਅਗਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨਾਨਾ ਜੀ ਨਾਨੀ ਜੀ ਦਾਦਾ ਜੀ ਦਾਦੀ ਜੀ ਜਾਂ ਤੁਹਾਡੇ ਬਜ਼ੁਰਗ ਜਿਹੜੇ ਨੇ ਉਹ ਅਗਰ ਪੁਰਾਣੀ ਹਿਸਟਰੀ ਜਾਣਦੇ ਨੇ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮ ਜਿਹੜੀ ਉਹ ਤੁਹਾਡੇ ਤੱਕ ਵੀ ਪਹੁੰਚੇ ਮਾਂ ਜੀ ਨੇ ਜਿਨ੍ਹਾਂ ਦੀ ਤਕਰੀਬਨ 100 ਸਾਲ ਉਮਰ ਹੈ ਔਰ ਮਾਂ ਜੀ ਦਾ ਨਾਂ ਹੈ ਅੰਮਾ ਸਕੀਨਾ ਸਕੀਨਾ ਨਾਂ ਹੈ ਨਾ ਤੁਹਾਡਾ ਮਾਂ ਜੀ ਹਾਂ ਅੰਮਾ ਸਕੀਨਾ ਨਾਂ ਹੈ ਔਰ ਇਹ ਪਿੰਡ ਜਾਮ ਕੇ ਚੀਮਾ ਦੇ ਵਿੱਚ ਰਹਿਣ ਵਾਲੀਆਂ ਨੇ ਅਤੇ ਇੱਕ ਸਾਂਵਲ ਸਾਹਿਬ ਨੇ ਇੱਕ ਇੰਟਰਵਿਊ ਜਿਹੜਾ ਕੀਤਾ ਸੀ ਉਹਦੇ ਵਿੱਚ ਅੰਮਾ ਜੀ ਸੁਰਜੀਤ ਕੌਰ ਜਿਹੜੇ ਪਿੰਡ ਦੀਆਂ ਜਾਮ ਕੇ ਚੀਮਾ ਜਿੱਥੇ ਰਹਿੰਦੀਆਂ ਸਨ ਉਸੇ ਪਿੰਡ ਦੀ ਹੈ ਮਾਂ ਜੀ ਵੀ ਨੇ ਅਤੇ ਅਗਰ ਇਹ ਤੁਹਾਨੂੰ ਇਹਨਾਂ ਦੀ ਵੀਡੀਓ ਅੱਛੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਕਮੈਂਟਸ ਦੇ ਵਿੱਚ ਆਪਣੇ ਖਿਆਲਾਤ ਦਾ ਇਜ਼ਹਾਰ ਕਰਿਓ ਔਰ ਜਿਹੜੇ ਚੈਨਲ 'ਤੇ ਨਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਮੈਂ ਵਕਾਰੀ ਯੂਨਸ ਅੱਲਾ ਹਾਫਿਜ਼